ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ 'ਤੇ। ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅਕਾਦਮਿਕ ਸਾਲ 2024-25 ਲਈ ਦਾਖਲਿਆਂ ਦੀ ਮਿਤੀ ਰੈਗੂਲਰ ਵਿਦਿਆਰਥੀਆਂ ਲਈ 1 ਅਪ੍ਰੈਲ 2024 ਤੋਂ 31 ਜੁਲਾਈ 2024 ਨਿਸ਼ਚਿਤ ਕੀਤੀ ਗਈ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਜੋ ਓਪਨ ਸਕੀਮ ਅਧੀਨ ਪੇਪਰ ਦੇਣਾ ਚਾਹੁੰਦੇ ਹਨ ਉਹਨਾਂ ਵੱਲੋਂ ਕਮੈਂਟ ਕੀਤੇ ਜਾ ਰਹੇ ਹਨ ਕਿ ਓਪਨ ਸਕੀਮ ਅਧੀਨ ਦਾਖਲਿਆਂ ਦੀ ਮਿਤੀ ਕੀ ਹੋਵੇਗੀ। ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਓਪਨ ਸਕੀਮ ਅਧੀਨ ਦਾਖਲਿਆਂ ਦੀ ਮਿਤੀ ਸੰਬੰਧੀ ਕੋਈ ਵੀ ਅਜੇ ਨੋਟੀਫਿਕੇਸ਼ਨ ਨਹੀਂ ਆਇਆ, ਸੋ ਫਿਲਹਾਲ ਅਸੀਂ ਪਿਛਲੇ ਸਾਲ ਦੇ ਨੋਟੀਫਿਕੇਸ਼ਨ ਨੂੰ ਦੇਖਦੇ ਹਾਂ। ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਪਿਛਲੇ ਸਾਲ 2023-24 ਲਈ ਓਪਨ ਸਕੀਮ ਅਧੀਨ ਜਿਹੜੇ ਵੀ ਵਿਦਿਆਰਥੀ 10ਵੀਂ ਜਾਂ 12ਵੀਂ ਜਮਾਤ ਵਿੱਚ ਦਾਖਲਾ ਲੈਣਾ ਚਾਹੁੰਦੇ ਸਨ ਉਹਨਾਂ ਲਈ ਦਾਖਲੇ ਦੀ ਮਿਤੀ 16 ਅਗਸਤ 2023 ਤੋਂ ਸ਼ੁਰੂ ਹੋ ਕੇ ਬਿਨਾਂ ਲੇਟ ਫੀਸ ਦੇ ਅੰਤਮ ਮਿਤੀ 23 ਅਕਤੂਬਰ 2023 ਸੀ ਅਤੇ ਜੇਕਰ ਕੋਈ ਵਿਦਿਆਰਥੀ 23 ਅਕਤੂਬਰ 2023 ਤੱਕ ਦਾਖਲਾ ਨਹੀਂ ਸੀ ਲੈ ਸਕਿਆ ਉਸ ਲਈ ਮਿਤੀ 24 ਅਕਤੂਬਰ 2023 ਤੋਂ 7 ਦਸੰਬਰ 2023 ਤੱਕ 5,000 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਦਾਖਲਾ ਲਿਆ ਜਾ ਸਕਦਾ ਸੀ। ਇਹਨਾਂ ਮਿਤੀਆਂ ਤੋਂ ਬਾਅਦ ਓਪਨ ਸਕੂਲ ਦਾਖਲਾ ਮਿਤੀਆਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2024-25 ਲਈ ਓਪਨ ਸਕੂਲ ਪ੍ਰਣਾਲੀ ਅਧੀਨ 10ਵੀਂ ਅਤੇ 12ਵੀਂ ਜਮਾਤ ਦੇ ਦਾਖਲੇ ਅਗਸਤ ਮਹੀਨੇ ਵਿੱਚ ਸ਼ੁਰੂ ਕਰ ਦਿੱਤੇ ਜਾਣਗੇ। ਸੋ ਜਿਹੜੇ ਵੀ ਵਿਦਿਆਰਥੀ 10ਵੀਂ ਜਾਂ 12ਵੀਂ ਜਮਾਤ ਦੇ ਓਪਨ ਸਕੀਮ ਅਧੀਨ ਪੇਪਰ ਦੇਣਾ ਚਾਹੁੰਦੇ ਹਨ ਉਹਨਾਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਫੀਸ਼ੀਅਲ ਵੈਬਸਾਈਟ ਤੋਂ ਆਪਣਾ ਸਿਲੇਬਸ ਡਾਊਨਲੋਡ ਕਰ ਲੈਣ ਅਤੇ ਉਸ ਦੇ ਹਿਸਾਬ ਨਾਲ ਤਿਆਰੀ ਕਰਨੀ ਸ਼ੁਰੂ ਕਰ ਦੇਣ। ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ ਤੋਂ ਸਿਲੇਬਸ ਕਿਵੇਂ ਡਾਊਨਲੋਡ ਕਰਨਾ ਹੈ ਇਸ ਸੰਬੰਧੀ ਵੀਡੀਓ ਤੁਸੀਂ ਉੱਪਰ ਆਈ ਬਟਨ ਤੋਂ ਦੇਖ ਸਕਦੇ ਹੋ ਜਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਵੀਡੀਓ ਦਾ ਲਿੰਕ ਪਾ ਦੇਵਾਂਗਾ ਜਿੱਥੋਂ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਦੋਸਤੋ ਰੈਗੂਲਰ ਵਿਦਿਆਰਥੀ ਅਤੇ ਓਪਨ ਵਿਦਿਆਰਥੀਆਂ ਦਾ ਸਿਲੇਬਸ ਸੇਮ ਹੀ ਹੁੰਦਾ ਹੈ ਅਤੇ ਜਦੋਂ ਵੀ ਓਪਨ ਪ੍ਰਣਾਲੀ ਅਧੀਨ 10ਵੀਂ ਜਾਂ 12ਵੀਂ ਜਮਾਤ ਦੇ ਫੋਰਮ ਫਿਲ ਹੋਣੇ ਸ਼ੁਰੂ ਹੋ ਜਾਣਗੇ ਤਾਂ ਇੱਕ ਵੀਡੀਓ ਰਾਹੀਂ ਤੁਹਾਨੂੰ ਮੈਂ ਇਸ ਦੀ ਜਾਣਕਾਰੀ ਦੇ ਦੇਵਾਂਗਾ। ਦੋਸਤੋ ਜੇਕਰ ਵੀਡੀਓ ਵਿੱਚ ਦੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਸਾਡੇ YouTube ਚੈਨਲ ਸ਼ਬਦਾਂ ਦੀ ਦੁਨੀਆ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ, ਤਦ ਤੱਕ ਲਈ ਕੀਪ ਲਰਨਿੰਗ ਲਰਨ ਮੋਰ। ਥੈਂਕ ਯੂ।